ne düşmanı lanet. Allah sen ne katla lanet. Allah lide katla lanet. Namı namarale mundra lanet. Heydari. Bismillah. Euzu billahi mineşşeytanirracim. Bismillahirrahmanirrahim. Ya seyyidi ya molai ya Musa ibn Jafer. Ya Babul Khawaij, Ya Babul Khawaij, Ya Babul Khawaij, Adrikni, Adrikni fi sabilillah. Allahumma salli ala Muhammad imbali Muhammad, Wajil farajali Muhammad, Ya Imam Raza Badshah, Adrikni, Sari halali mawali, milke kaisi salwat padho, jo sabdi awaz Rauza Raza tak pahunch jaye. Allahumma salli ala Muhammad. دل ہے ایک اور ایسی صلوات پڑھو جن دے نام تو فقہ جعفریہ ہے او جعفر صادق راضی ہو جاوے اللہ صلی اللہ علیہ وسلم اعوذ باللہ من الشیطان الرجیم بسم اللہ الرحمن الرحیم بلند سلوا رل کے سلوات پڑھو جڑے پچھلے بیٹھے ہو اگلے سارے مل کے سلوات پڑھو جی وہ الحمدللہ رب العالمین والعاقبۃ للمتقین الصلاۃ والسلام علی اشرف الانبیاء والمرسلین بلند صلوات یا ایها الناس صبدوا ربكم الذي خلقكم والذين من قبلكم لعلكم تتقون صلوا کتاب حق کی ندا ہے حسین زندہ ہے ਤੁਹਾਡੇ ਹੱਥ ਸਲਾਮਤ ਰਹੇ ਜਿਹੜੇ ਹੱਥ ਬੁਲੰਦ ਹੋਏ ਨਾ ਅੱਲਾ ਕਰੇ ਹੱਥ ਕਹਿੰਦੇ ਮੁਹਤਾਜ ਨਾ ਹੋਵੇ ਹਰ ਬੰਦਾ ਆਪਣੇ ਇਸ਼ਕ ਦੀ ਮੰਜ਼ਲ ਤੇ ਪੂਰੀ ਤਿਆਰੀ ਨਾਲ ਤਿਆਰ ਹੋ ਚੁੱਕੇ ਠੀਕ ਹੈ ਨਾ ਹਰ ਬੰਦਾ ਤਿਆਰ ਹੈ ਆਓ ਬਿਸਮਿਲ੍ਲਾ ਸ਼ਾਹ ਜੀ ਕਿਤਾਬ-ਏ-ਹੱਕੀ ਨਿਦਾ ਹੈ ਹੁਸੈਨ ਜ਼ਿੰਦਾ ਹੈ ਤੁਹਾਡੀ ਹਯਾਤੀ ਹੋਵੇ ਅਗਲੀ ਸਤਰ ਤੁਹਾਡਾ ਦਿਲ ਠਰੇ ਸੀ ਪੂਰੀ ਤਵੱਜੋ ਫਰਮਾਵਣੀ ਪਿਛਲੇ ਜਗ੍ਹਾ ਹੈ ਕਸੀਦਾ ਸ਼ੁਰੂ ਕਿਤਾਬ-ਏ-ਹੱਕੀ ਨਿਦਾ ਹੈ ਹੁਸੈਨ ਜ਼ਿੰਦਾ ਹੈ ਹਰ ਇੱਕ ਸ਼ੈ ਕੋ ਕਜ਼ਾ ਹੈ ਹੁਸੈਨ ਜ਼ਿੰਦਾ ਹੈ ਹੱਥ ਚ ਹੈਦਰੀ ਪਿਛਲੇ ਬੋਲੋ ਹੈਦਰੀ ਹੁਣ ਇਰਲੇ ਬੋਲੋ ਹੈਦਰੀ ਸ਼ਾਬਾਸ਼ ਚਾਚਾ ਸਾਰੇ ਬੋਲੋ ਮਿਲ ਕੇ ਬੋਲੋ ਹੈਦਰੀ ਬੜੀ ਮਿਹਰਬਾਨੀ ਜਿੰਦੇ ਰਹੋ ਬੜੀ ਮਿਹਰਬਾਨੀ ਕਿਤਾਬ-ਏ-ਹੱਕੀ ਨਿਦਾ ਹੈ ਹੁਸੈਨ ਜ਼ਿੰਦਾ ਹੈ ਹਰ ਇੱਕ ਸ਼ੈ ਕੋ ਕਜ਼ਾ ਹੈ ਹੁਸੈਨ ਜ਼ਿੰਦਾ ਹੈ ਅਰਜ਼ ਕਰ ਰਿਹਾ ਹੁਸ ਕਹਾ ਹੁਸੈਨ ਨੇ ਨੋਕੇਬ ਸਿਨਾ ਕੇ ਮਿੰਬਰ ਪਰ ਕਿ ਜਬ ਤਲਕ ਵੋ ਖੁਦਾ ਹੈ ਹੁਸੈਨ ਜ਼ਿੰਦਾ ਸਾਰੇ ਬੋਲੋ ਹੈਦਰੀ ਬੜੀ ਮਿਹਰਬਾਨੀ ਕਿ ਜਬ ਤਲਕ ਵੋ ਖੁਦਾ ਹੈ ਤੁਹਾਡੀ ਜ਼ਿੰਦਗੀ ਹੋਵੇ ਕਿ ਜਬ ਤਲਕ ਵੋ ਖੁਦਾ ਹੈ ਹੁਸੈਨ ਜ਼ਿੰਦਾ ਹੈ ਹੁਸੈਨੀ ਬੈਠੇ ਹੋ ਬਾਬਾ ਜ਼ੇ ਬੁਲੰਦ ਸਲਵਾਤ ਪੜੋ ਕਸੀਦਾ ਪੜੋ ਆਓ ਬੜੀ ਮਿਹਰਬਾਨੀ ਇੱਕ ਸਲਵਾਤ ਐਸੀ ਪੜੋ ਮਿਲਤ ਜਾਫਰੀਆ ਦੇ ਜਿਤਨੇ ਬਜ਼ੁਰਗ ਜਵਾਨ ਬੱਚੇ ਜਾਂ ਪਰਦੇ ਚ ਪਰਦੇਦਾਰ ਬੀਬੀਆਂ ਜਿਹੜੇ ਦੁਨੀਆਂ ਤੋਂ ਰੁਖਸਤ ਹੋ ਗਏ ਬਿਲਖਸੂਸ ਉਸਤਾਦ ਮੁਹਤਰਮ ਸੁਲਤਾਨੁਲ ਜ਼ਾਕਿਰੀਨ ਬਾਬਾ ਸੈਯਦ ਸਾਬਿਰ ਹੁਸੈਨ ਸ਼ਾਹ ਬਹਿਲ ਜਿਹੜੇ ਲੋਕ
ਦੁਨੀਆ ਤੋਂ ਟੁਰ ਗਏ ਨੇ, ਇਹਨਾਂ ਦੇ ਦਰਜਾਤ ਦੀ ਬੁਲੰਦੀ ਵਾਸਤੇ ਵਾਜਿਬ ਸਮਝਦਾ ਹਾਂ ਬਾਬਾ ਜ਼ੇ ਬੁਲੰਦ ਸਲਵਾਤ ਸਾਰੇ ਕੋ। ਤੁਹਾਡੀ ਹਯਾਤੀ ਹੋਵੇ ਸੋਜੀ ਮਾਇਕ ਬੈਜਾਨੀ ਮੈਂ ਆਵਾਜ਼ ਦੇ ਸੋ ਮੈਂ ਕਸੀਦਾ ਸ਼ੁਰੂ ਕਰਾਂ ਜਨਾਬ ਨੂੰ ਸੁਣਾ ਮੈਂ ਕਸੀਦਾ ਤੋ ਫਿਰ ਕਸੀਦਾ ਸੁਣਨਾ ਚਾਹੁੰਦੇ ਹੋ ਤਾਂ ਕਸੀਦੇ ਵਾਲੀ ਸਲਵਾਤ ਪੜ੍ਹੋ ਜੀ ਠੀਕ ਹੈ ਹਾਜ਼ਰ। ਤੁਹਾਡੀ ਜ਼ਿੰਦਗੀ ਹੋਵੇ ਮੇਰੀ ਬਾਨੀ ਦੀ ਹੈਸੀਅਤ ਏ ਮੈਂ ਇੱਥੇ ਜ਼ਾਕਿਰ ਬਣ ਕੇ ਕਦੇ ਨਹੀਂ ਆਇਆ ਸਾਰੇ ਜਾਣਦੇ ਹੋ ਕਿ ਬਾਬਾ ਸਾਬਿਰ ਸ਼ਾਹ ਇੱਕ ਆਈ ਠੀਕ ਹੈ ਨਾ ਸੁਲਤਾਨ ਸਾਬਿਰ ਸ਼ਾਹ ਇੱਕ ਆਈ ਠੀਕ ਹੈ ਨਾ ਤੋ ਉਹਨਾਂ ਦੀ ਦੁਆ ਦਾ ਨਤੀਜਾ ਹੈ ਕਿ ਇਸ ਨੌਕਰ ਦੇ ਲਿਖੇ ਕਸੀਦੇ ਮੁਲਕ ਪਾਕਿਸਤਾਨ ਦੇ ਜ਼ਾਕਿਰ ਪੜ੍ਹਦੇ ਵਧੇ ਠੀਕ ਹੈ ਨਾ ਤੋ ਕੋਈ ਵਡਿਆਈ ਦੀ ਬਾਤ ਨਹੀਂ ਮੇਰੀ ਐਮ ਏ ਤਾਲੀਮ ਏ ਜਿਹੜਾ ਕਸੀਦਾ ਪੜ੍ਹਸਾ ਮੈਂ ਇਵੇਂ ਪੜ੍ਹਨਾ ਇਵੇਂ 14-15 ਮਿੰਟ ਇਹ ਇਵੇਂ ਜਿਹਦੇ ਚੋਂ ਮੈਂ 2-3 ਮਿੰਟ ਪੜ੍ਹ ਚੁੱਕਾ ਤੁਹਾਡੀ ਹਯਾਤੀ ਹੋਵੇ ਪੜ੍ਹਾ ਕਸੀਦਾ ਬੋਲੋ ਸੁਣਨਾ ਚਾਹੁੰਦੇ ਹੋ ਕਸੀਦਾ ਤੋ ਹੈਦਰੀ ਮਲੰਗਾਂ ਦੀ ਸਦਾ ਸ਼ਾਇਰੀ ਦਾ ਵਜ਼ਨ ਕਰਨਾ ਸ਼ਾਇਰੀ ਦਾ ਸ਼ਾਇਰਾਨਾ ਮਿਜ਼ਾਜ ਮਜਮਾ ਪੂਰੇ ਮੁਲਕ ਦਾ ਮਜਮਾ ਠੀਕ ਹੈ ਨਾ ਹਰ ਹਰ ਚੈਨਲ ਤੇ ਇਹ ਜ਼ਿਕਰ ਸੁਣਿਆ ਜਾ ਰਿਹਾ ਗੈਰ ਮਮਾਲਿਕ ਜੀ ਲੋਕ ਦੇਖ ਰਹੇ ਨੇ ਇਸ ਪ੍ਰੋਗਰਾਮ ਮਲੰਗਾਂ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਆ ਸਖੀ ਜਲਵਾ ਵਿਖਾ ਮਲੰਗਾਂ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਸਖੀ ਜਲਵਾ ਵਿਖਾ ਮਲੰਗਾਂ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਸਖੀ ਜਲਵਾ ਵਿਖਾ ਹੱਥ ਜੇ ਸਖੀ ਜਲਵਾ ਦਿਖਾ ਮਲੰਗਾਂ ਦੀ ਸਦਾ ਸਾਰੇ ਮਲੰਗ ਬੈਠੇ ਹੋ ਬਾਦਸ਼ਾਹ ਦੇ ਮੇਰਾ ਦਿਲ ਹੈ ਦਰਖਾਸਤਾਂ 12ਵੇਂ ਦੀ ਬਾਰਗਾਹ ਚ ਪੇਸ਼ ਕਰਾਂ ਤੁਸੀਂ ਵੀ ਪੇਸ਼ ਕਰਨ ਦੇ ਮੂਡ ਚ ਹੋ ਜੇ ਚਾਹੁੰਦੇ ਹੋ ਦਰਖਾਸਤਾਂ ਤੇ ਦਸਖਤ ਹੋਵੇਂ ਤਾਂ ਹੱਥ ਉੱਚੇ ਹਰ ਬੰਦਾ ਬੋਲੇ ਹੈਦਰੀ ਫਿਰ ਬੋਲੋ ਹੈਦਰੀ ਸਖੀ ਜਲਵਾ ਦਿਖਾ ਮਲੰਗਾਂ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਅਲਰਟ ਹੋਸੋ ਤਾਂ ਮੈਂ ਫਰਦਿਸਾ ਨਹੀਂ ਮੈਂ ਅੱਗੇ ਪੜ੍ਹਸਾ ਅਲਰਟ ਹੋਸੋ ਤਾਂ ਮੈਂ ਮਤਲਬ ਪੜ੍ਹਸਾ ਪੂਰੀ ਤਵਜੋ ਫਰਮਾਵਣੀ ਮਲੰਗਾਂ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਭਾਈ ਜਾਨ ਮਲੰਗਾਂ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਸਖੀ ਜਲਵਾ ਦਿਖਾ ਮਲੰਗਾਂ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਸਖੀ ਜਲਵਾ ਦਿਖਾ ਅਗਲੀ ਸਤਰ ਬਾਦਸ਼ਾਹ ਹੇ ਦੁਸ਼ਮਣ ਭਾਈ ਭਾਈ ਦਾ ਵਸੀਲਾ ਬਣ ਖੁਦਾਈ ਦਾ ਦਿਖਾ ਮੰਜ਼ਰ ਚ ਸ਼ਾਹੀ ਦਾ ਹਲਾਲੀ ਬੇਕਰਾਰ ਆ ਜਾ ਆ ਜਾ ਸਖੀ ਹਣ ਆ ਜਾ ਆ ਜਾ ਹੇ ਦੁਸ਼ਮਣ ਭਾਈ ਭਾਈ ਦਾ ਵਸੀਲਾ ਬਣ ਖੁਦਾਈ ਦਾ ਦਿਖਾ ਮੰਜ਼ਰ ਚ ਸ਼ਾਹੀ ਹਲਾਲੀ ਬੇਕਰਾਰਨ ਆ ਜਾ ਸਖੀ ਹਰ ਆ ਜਾ ਆ ਜਾ ਤੂੰ ਸਭ ਦਾ ਪੀਰ ਹੈ ਵਕਤ ਦਾ ਸ਼ਬੀਰ ਹੈ ਕਰ ਕਰਮ ਦੀ ਇੰਤਹਾ ਤੂੰ ਸਭ ਦਾ ਪੀਰ ਹੈ ਵਕਤ ਦਾ ਸ਼ਬੀਰ ਹੈ ਸੁਣੀ ਆਖਰੀ ਸਤ ਸਖੀ ਸਰਦਾਰ ਦੇ ਸਖੀ ਸਰਦਾਰ ਸਾਨੂੰ ਚਿਹਰੇ 12 ਦੇ ਇੱਕ ਚਿਹਰੇ ਵਿੱਚ ਵਿਖਾ ਹੱਥ ਚ ਹਰ ਬੰਦਾ ਬੋਲੇ ਹੱਥ ਚ ਹਰ ਬੰਦਾ ਬੋਲੇ ਹੈ ਦਰ ਹੈ ਦਰ ਹੈ ਦਰ ਸੁਣ ਲੈ ਬਾਰਵਾਂ ਬਾਦਸ਼ਾਹ ਆ ਸਖੀ ਜਲਵਾ ਦਿਖਾ ਮਲੰਗਾਂ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਹੁਣ ਮੇਰੇ ਪਾਸ ਲਿਖਾ ਹੈ ਪੂਰੀ ਤਵਜੋ ਫਰਮਾਵਣੀ ਸ਼ੇਰ ਸੁਣਾਵਾਂ ਬਗੈਰ ਫਜ਼ਾਇਲ ਦੇ ਆਓ ਤੁਹਾਡੇ ਦਿਲਾਂ ਦੀ ਆਵਾਜ਼ ਤੁਹਾਡੇ ਲਬਾਂ ਤੱਕ ਲੈ ਆਵਾਂ
ਹੁਣ ਮੇਰੇ ਪਾਸੇ ਨਹੀਂ ਖਾਏ ਬਹਿ ਜਾ ਇੱਥਾ ਹੀ ਬਹਿ ਜਾ ਤੇਰੀ ਜ਼ਿੰਦਗੀ ਹੋਵੇ ਬਹਿ ਜਾ ਮਿਲਸੀ ਨਹੀਂ ਆਸ ਤੈਨੂੰ ਬਹਿ ਜਾ ਤੇਰੀ ਜ਼ਿੰਦਗੀ ਹੋਵੇ ਤੁਹਾਡੇ ਦਿਲਾਂ ਦੀ ਗੱਲ ਤੁਹਾਡੇ ਲੱਭਾਂ ਤਾਈਂ ਲੈ ਆਵਾਂ ਮੇਰੇ ਪਾਸੇ ਨਹੀਂ ਖਾਏ ਹਸਰਤਾਂ ਹਨ ਨੌਕਰਾਂ ਦੀਆਂ ਪਿਆਰੀਆਂ ਹਸਰਤ ਕਿਹੜੀ ਹਸਰਤ ਕਿਹੜੀ ਨਾਲ ਕਰੀਏ ਤੇਰੇ ਹੱਜ ਜ਼ਵਾਰੀਆਂ ਮਾਰੋ ਜ਼ੰਜੀਰ ਕਾਬੇ ਵਿੱਚ ਇਮਾ ਤੁਮੀ ਸਭ ਤਿਆਰ ਨ ਆ ਜਾ ਆ ਜਾ ਸਖੀ ਹੁਣ ਆ ਜਾ ਆ ਜਾ ਆ ਜਾ ਆ ਜਾ ਸਖੀ ਹੁਣ ਆ ਜਾ ਆ ਜਾ ਆ ਜਾ ਸਖੀ ਹੁਣ ਆ ਜਾ ਆ ਜਾ ਆ ਜਾ ਆ ਜਾ ਪਿਛਲੇ ਜਗਾਏ ਆ ਜਾ ਆ ਜਾ ਆ ਜਾ ਆ ਜਾ ਸਖੀ ਹੁਣ ਆ ਜਾ ਆ ਜਾ ਹੈ ਤੂੰ ਸਭ ਹੋਬਦਾਰਨ ਹੋ ਸਾਨੂੰ ਮਾਤਮ ਧਾਰਨ ਹੋ ਆ ਕੇ ਲੈ ਚੱਲ ਕਰ ਬਲਾ ਸਾਰੇ ਬਾਦੂ ਬੁਲੰਦ ਕਰਕੇ ਹੈਦਰੀ ਸਾਨੂੰ ਮਾਤਮ ਧਾਰਨ ਆ ਕੇ ਲੈ ਚੱਲ ਕਰ ਬਲਾ ਜਿਹੜੇ ਪਾਸੇ ਤੁਰੂ ਜਿਹੜੀ ਸਿਮਤ ਚ ਮੁੜੂ ਜਾ ਜਾ ਤੇ ਨਜ਼ਰ ਅਲਮ ਗਾਜ਼ੀ ਅਬਾਸ ਦਾ ਮਲੰਗਾ ਦੀ ਹੱਥ ਉੱਚੇ ਹਰ ਬੰਦਾ ਬੋਲੇ ਹੈਦਰ 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 ਜਲਵਾ ਦਿਖਾ ਮਲੰਗਾ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਸਾਰੇ ਬੋਲੋ ਹੈਦਰੀ ਜਿੰਦੇ ਰਹੋ ਸਲਾਮਤ ਰਹੋ ਲਓ ਤੁਸੀਂ ਉੱਠੀ ਕੇ ਨਾਰਾ ਲਾਇਆ ਨਾ ਤਾਂ ਆਓ ਫਿਰ ਐਸੀ ਦਰਖਾਸਤ ਪੇਸ਼ ਕਰੀਏ ਜੋ ਬਾਰਵੇਂ ਦੇ ਦਸਖਤ ਹੋ ਜਾਵੇ ਚਾਹੁੰਦੇ ਹੋ ਦਸਖਤ ਹੋਵੇ ਬੋਲੋ ਹਸਰਤਾਂ ਹਨ ਫਿਰ ਬਾਜ਼ੂ ਉੱਚੇ ਕਰੋ ਹੱਥ ਉੱਚੇ ਕਰੋ ਕਰੋ ਹੱਥ ਜਿਹੜੇ ਖੜੋਤੇ ਹੋ ਤੁਸੀਂ ਵੀ ਹੱਥ ਉੱਚੇ ਕਰੋ ਆਓ ਮੈਂ ਆਦਾ ਮੇਰਾ ਕਰੀਮ ਮੌਲਾ ਮੇਰਾ ਰਹੀਮ ਮੌਲਾ ਬਾਬਾ ਸਾਬਿਰ ਸ਼ਾਹ ਬਹਿਲਾਲੇ ਦੀ ਬਰਸੀ ਦੀ ਮਜਲਸ ਹੈ ਓ ਮੇਰਾ ਕਰੀਮ ਮੌਲਾ ਮੂਮਿਨ ਦੁਆ ਵਾਸਤੇ ਹੱਥ ਚ ਆਈ ਬੈਠੇ ਮੈਂ ਦੁਆ ਪੀਆ ਮੰਗਦਾ ਮੇਰੇ ਪਾਸੇ ਦੀ ਖਾਇਬ ਇਹਨਾਂ ਦੀਆਂ ਕਿਹੜੀਆਂ ਹਸਰਤਾਂ ਇਹ ਤੇਰੇ ਬਣਨਾ ਸਿਪਾਹੀ ਚਾਹੁੰਦੇ ਕੋਈ ਬੈਠਾ ਸੁਣਨ ਵਾਲਾ ਸਾਰੇ ਬੋਲੋ ਹੈਦਰੀ ਜਿੰਦੇ ਰਹੋ ਭਾਈ ਜਿੰਦੇ ਰਹੋ ਜਿੰਦੇ ਰਹੋ ਸਿਪਾਹੀ ਬਣਨਾ ਚਾਹੁੰਦੇ ਹੋ ਉਹ ਬੋਲੋ ਫਿਰ ਸ਼ਾਇਰੀ ਦਾ ਵਜ਼ਨ ਕਰਨਾ ਹੁਣ ਮੇਰੇ ਪਾਸੇ ਲਿਖਾ ਹੈ ਪੂਰੀ ਤਵਜੋ ਫਰਮਾਉਣੀ ਮੇਰਾ ਕਰੀਮ ਮੌਲਾ ਇਹ ਤੇਰੇ ਬਣਨਾ ਸਿਪਾਹੀ ਚਾਹੁੰਦੇ ਹੈ ਬਾਬਾ ਖਲੀਲ ਸ਼ਾਹ ਜੀ ਫੇਰਾ ਕਾਦਿਲ ਏ ਤੇਰੇ ਦਰ ਦੀ ਗਦਾਈ ਚਾਹੁੰਦੇ ਹੈ ਤੇਰੇ ਘਰ ਦੇ ਸਵਾਲੀ ਹਨ ਨਾ ਕਰਦੇ ਮਿਸਾਲੀ ਹਨ ਅਜ਼ਲ ਤੋਂ ਹੀ ਹਲਾਲੀ ਹਨ ਪੈ ਆ ਬਾਰ ਬਾਰ ਆ ਜਾ ਆ ਜਾ ਸਖੀ ਹਣ ਆ ਜਾ ਆ ਜਾ ਆ ਜਾ ਆ ਜਾ ਸਖੀ ਹਣ ਆ ਜਾ ਆ ਜਾ ਆ ਜਾ ਆ ਜਾ ਆਖਰੀ ਸਤਰਾ ਤੇਰੀ ਛੋਲੀ ਤੱਕ ਹਰ ਹਲਾਲੀ ਦਾ ਦਿਲ ਠਰਸੀ ਤਵੱਜੋ ਆ ਜਾ ਆ ਜਾ ਸਖੀ ਹਣ ਆ ਜਾ ਆ ਜਾ ਆ ਜਾ ਆ ਜਾ ਸਖੀ ਹਣ ਆ ਜਾ ਆ ਜਾ ਐ ਭਖਤਾ ਵਾਲਿਆ ਖੁੱਲ ਦੇ ਭਾਵੇ ਨ ਦੇ ਥੋੜੀ ਜਿਹੀ ਦੇ ਚਾ ਬਿਲਾ ਥੋੜੀ ਜਿਹੀ ਦੇ ਚਾ ਇਹ ਸਾਰੇ ਚਾਹੁੰਦੇ ਓ ਇਹ ਸਾਰੇ ਸੁਣੀ ਸਾਨੂੰ ਵੀ ਕੰਬਰ ਬਣਾ 313 ਵਿੱਚ ਰਲਾ ਨਲੰਗਾ ਦੀ ਹੱਥ ਚੇ ਹਰ ਬੰਦਾ ਬੋਲੇ ਹੈਦਰ ਹੈਦਰ ਜਲਵਾ ਦਿਖਾ ਸਾਰੇ ਬੋਲੋ ਹੈਦਰੀ ਜਲਵਾ ਦਿਖਾ
ਮਲੰਗਾ ਦੀ ਸਦਾ ਸੁਣ ਲੈ ਬਾਰਵਾਂ ਬਾਦਸ਼ਾਹ ਜੀਵੋ ਓ ਹਲਾਲੀ ਨਹੀਂ ਓ ਹਲਾਲੀ ਨਹੀਂ ਓ ਹਲਾਲੀ ਨਹੀਂ ਓ ਹਲਾਲੀ ਨਹੀਂ ਓ ਹਲਾਲੀ ਕੌਣ ਕਾਜ਼ੀ ਫੈਸਲ ਕੱਛੀ ਦਾ ਮਜਮੇ ਮੁਲਕ ਦਾ ਮਜਮਾ ਆਜ਼ਾਦਾਰ ਮਾਤਮੀ ਆਇਓ ਹੈ ਦੱਸਾ ਤਾਂ ਸਹੀ ਕੌਣ ਹਲਾਲੀ ਨਹੀਂ ਕੌਣ ਮੈਂ ਐਸਾ ਸਬੂਤ ਐਸੀ ਦਲੀਲ ਦੇਵਾਂ ਜੋ ਹਰ ਹੱਥ ਤਾਈ ਦੇ ਚ ਬੁਲੰਦ ਹੋ ਜਾਵੇ ਸ਼ਾਬਾਸ਼ ਓ ਹਲਾਲੀ ਤੇਰੀ ਜ਼ਿੰਦਗੀ ਹੋਏ ਸ਼ਿਰਾਜ ਸਾਹਿਬ ਜੀ ਦੇ ਰਹੋ ਓ ਹਲਾਲੀ ਨੇ ਓ ਹਲਾਲੀ ਓ ਹਲਾਲੀ ਤੁਹਾਡੀ ਜ਼ਿੰਦਗੀ ਹੋਵੇ ਬੜੀ ਮਿਹਰਬਾਨੀ ਹੁਣ ਮੇਰੇ ਪਾਸੇ ਦਿਖਾਇਆ ਉਹ ਸਬੂਤ ਵੀ ਇਹਦੇ ਨਾਲ ਅਗਲੀ ਸਦਰ ਸੁਣਨੀ ਓ ਹਲਾਲੀ ਨਹੀਂ ਓ ਹਲਾਲੀ ਨਹੀਂ ਓ ਹਲਾਲੀ ਨਹੀਂ ਓ ਹਲਾਲੀ ਪਿਛਲੇ ਜਗ੍ਹਾ ਓ ਹਲਾਲੀ ਨਹੀਂ ਓ ਹਲਾਲੀ ਜਿਹੜਾ ਦੁਸ਼ਮਣ ਨਬੀ ਦਾ ਹੈ ਤੇ ਮੁਨਕਰ ਪੀਰ ਅਲੀ ਦਾ ਹੈ ਜੌਨ ਸ਼ਾਹ ਜੀ ਫੇਰਾ ਜਿਹੜਾ ਦੁਸ਼ਮਣ ਜ਼ਿੰਦਗੀ ਹੋਵੇ ਚਾਚਾ ਤੇਰੀ ਕੀ ਬਾਤ ਹੈ ਸਲਮਾਨ ਮਜ਼ਾਜ ਬਣ ਕੇ ਨਾਰਾ ਲਾ ਰਹੇ ਹੈ ਹੱਥ ਉੱਚੇ ਹਰ ਬੰਦਾ ਬੋਲੇ ਹਾਏ ਦਰ ਜੌਨ ਸ਼ਾਹ ਜੀ ਬਿਸਮਿਲ੍ਲਾ ਕਹਿਣੀ ਭਾਈ ਜਿੰਦੇ ਰਹੋ ਹੈਦਰੀ ਜੌਨ ਸ਼ਾਹ ਜੀ ਸ਼ੀਆ ਕੌਮ ਦੇ ਮੇਰਾ ਭਾਈ ਬਹੁਤ ਬੜਾ ਜ਼ਾਕਿਰ ਹੈ ਇਹ ਦੁਆ ਇਹ ਸਾਬਿਰ ਹੈ ਕੁਰਾਨ ਦੀ ਕਸਮ ਹੈ ਸਾਬਿਰ ਸ਼ਾਹ ਉਸ ਹਸਤੀ ਦਾ ਨਾਮ ਹੈ ਜਿਹਦਾ ਕੋਈ ਨਾ ਹੀ ਨਾ ਕੁਰਾਨ ਦੀ ਕਸਮ ਹੈ ਉਵੇਂ ਤਾਂ 5-12-14 ਵਾਰੇ ਸਨ ਉਂਗਲ ਪਕੜ ਕੇ ਸਾਬਿਰ ਸ਼ਾਹ ਉਹਨਾਂ ਨੂੰ ਨਾਲ ਲੈ ਕੇ ਤੁਰਦਾ ਹੈ ਅੱਜ ਇਸ ਉਸ ਦੁਆ ਦਾ ਉਸ ਜ਼ਾਕਰੀ ਦਾ ਇਹ ਅਸਰ ਹੈ ਕਿ ਬਾਬੇ ਸਾਬਿਰ ਸ਼ਾਹ ਦੇ ਸਾਰੇ ਬੱਚੇ ਸਿਲੇ ਮੁਲਕੀ ਜ਼ਾਕਿਰ ਬਣ ਚੁੱਕੇ ਹੈ ਤਾਂ ਵਜੋ ਜੌਨ ਸ਼ਾਹ ਜੀ ਸ਼ੀਆ ਕੌਮ ਦੇ ਬੱਚਿਆਂ ਨੂੰ ਹੀ ਪੰਚਤਨ ਪਾਕ ਯਾਦ ਹੈ ਉਹ ਬੈਠੇ ਹੋ ਸੁਣੀ ਸ਼ੀਆ ਭਾਈ ਪਹਿਲਾ ਮੁਹੰਮਦ ਦੂਜਾ ਅਲੀ ਤੀਸਰੀ ਸੈਯਦਾ ਚੌਥਾ ਹਸਨ ਬਾਦਸ਼ਾਹ ਪੰਜਵਾਂ ਹੁਸੈਨ ਬਾਦਸ਼ਾਹ ਹੁਣ ਮੇਰੇ ਪਾਸੇ ਲਿਖਾ ਹੈ ਮੁਹੰਮਦ ਹੋਏ ਜਾਂਦੀ ਖਾਤਰ ਕੈਨਾਤ ਖਾਲ ਕੋਈ ਅਲੀ ਹੋਏ ਜਾਂਦੀ ਇੱਕ ਜ਼ਰਬ ਸਕਲੈਨ ਦੀ ਬੰਦਗੀ ਤੂੰ ਅਫਜ਼ਲ ਹੈ ਤਵਜੋ ਪੂਰੀ ਤਵਜੋ ਫਰਮਾਉਣ ਸੈਯਦਾ ਹੋਏ ਜਿਹੜੀ ਖਾਤੂਨ ਜੰਨਤ ਹਸਨ ਹੋਏ ਜਿਹੜਾ ਪਰਹੇਜ਼ਗਾਰਾਂ ਦੀ ਪਨਾਹ ਗਾਇਬ ਪੂਰੀ ਤਵਜੋ ਫਰਮਾਉਣੀ ਹੁਸੈਨ ਹੋਏ ਜਿਹਦੇ ਇੱਕ ਸਜਦੇ ਤੁਹਾਨੂੰ ਮੈਨੂੰ ਨਮਾਜ਼ੀ ਬਣਾਇਆ ਤੁਹਾਨੂੰ ਮੈਨੂੰ ਨਮਾਜ਼ੀ ਬਣਾਇਆ ਕੌਸਰ ਬਾਈ ਹੁਣ ਕੋਈ ਫਤਵਾ ਲੈਂਦਾ ਤੱਲਾ ਵੇ ਮੈਨੂੰ ਆਖਣ ਲੋ ਜੇ ਸਿੱਖੋ ਨੂੰ ਪੰਜ ਬਿਲਾ ਕੋਈ ਨਹੀਂ ਸਮਝੋ ਦੀ ਚੰਗੀ ਮਾਂ ਕੋਈ ਨਹੀਂ ਹੱਥ ਜੇ ਵਾਹ 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 ਬਿਸਮਿਲ੍ਲਾ ਬਿਸਮਿਲ੍ਲਾ ਮੈਂ 5 ਮਿੰਟ ਤੁਹਾਡੀ ਹਯਾਤੀ ਹੋ ਕਿਬਲਾ ਸਾਹਿਬ ਤਸ਼ਰੀਫ ਲੈਣ ਇਹਨਾਂ ਦੀ ਆਮਦ ਤੇ ਬਾਬਾ ਜ਼ੇ ਬੁਲੰਦ ਸਲਵਾਤ ਤੁਹਾਡੀ ਜ਼ਿੰਦਗੀ ਹੋਵੇ ਪੂਰੀ ਤਵੱਜੋ ਫਰਮਾਉਣੀ ਹੁਣ ਮੇਰੇ ਪਾਸੇ ਨਹੀਂ ਗਏ ਜੇ ਸੀ ਕਾਨੂੰ ਪੰਜ ਦੀ ਵਿਲਾ ਕੋਈ ਨਹੀਂ ਮਜਲਸ ਵੇਖ ਕੇ ਮੂੰਹ ਫਿਰੇ ਦੇ ਜਲੂਸ ਵੇਖ ਕੇ ਮੂੰਹ ਫਿਰੇ ਦੇ ਆਓ ਮੈਂ ਦੱਸਾਂ ਨਾ
ਮੂੰਹ ਫੇਰ ਲੈਨੇ ਸੁਲਝਣਾ ਵੇਖੇ ਮਜਲਸ ਵੇਖੇ ਮਾਤਮੀ ਵੇਖੇ ਮੂੰਹ ਫਿਰੇਂਦੇ ਤੇਰੀ ਉੱਥੇ ਕੇ ਹਾਲਤ ਤੁਸੀਂ ਮਰ ਵੈਸੇ ਤੂੰ ਆ ਕਰ ਵੇਖ ਕੇ ਕਾਬੇ ਦੀ ਛੱਤ ਤੇ ਆਲਮ ਵੇਖ ਕੇ ਸਾਰੇ ਬੋਲੋ ਜਿਹਦੇ ਇਤਨੇ ਫਜ਼ਾਇਲ ਹੋਵੇ ਉਸੇ ਅਲੀ ਦੀਆਂ ਧੀਆਂ ਰੁਲ ਗਈਆਂ। ਮੈਂ ਸਾਰਾ ਨਹੀਂ ਵੀ ਪੜ੍ਹਾ ਨਾ ਫਿਰ ਵੀ ਹੱਕ ਅਦਾ ਨਾ ਉਸੇ ਕੁਰਾਨ ਦੀ ਕਸਮ ਹੈ। ਬਸ ਜ਼ਿਆਦਾ ਤੋਂ ਜ਼ਿਆਦਾ 3 ਮਿੰਟ ਬੀਬੀ ਮਾਸੂਮੇ ਕੁਮ ਸਲਾਮੁੱਲਾ ਅਲੈਹਾ ਦੇ ਦਰ ਤੇ ਬਹਿ ਕੇ ਗਯੂਰ ਸ਼ਾਹ ਜੀ ਇਸ ਨੌਕਰ ਨੇ ਇੱਕ ਛੋਟੀ ਜਿਹੀ ਖੈਰਾਤ ਮਿੰਨਣ ਦੀ ਕੋਸ਼ਿਸ਼ ਕੀਤੀ। ਕੁਰਾਨ ਦੀ ਕਸਮ ਹੈ ਜਨਾਬ ਫਿਜ਼ਾ ਮੇਰੇ ਬਜ਼ੁਰਗਾਂ ਦੇ ਲਫ਼ਜ਼ ਹਨ ਬਾਬਾ ਕਾਜ਼ੀ ਸਫਦਰ ਅਦਾਈ ਫਿਜ਼ਾ ਘਰ ਚ ਬਾਵਿਆ ਹੱਥ ਮੱਲਿਆ। ਅਗਰ ਤੂੰ ਇਹ ਗੱਲ ਸਮਝ ਲਈ ਸ਼ਾਇਦ ਅੱਗੇ ਪੜ੍ਹਨ ਦੀ ਲੋੜ ਨਾ ਪੋਸੇ। ਫਿਜ਼ਾ ਘਰ ਚ ਬਾਵਿਆ ਨਾ ਹੱਥ ਮੱਲਿਆ ਹੱਥ ਮਲਦੀ ਜਾ ਤੇ ਆਖਿਆ ਫਿਜ਼ਾ ਤੇਰੇ ਪੀਰ ਦੇ ਬੱਚੇ ਖੇਡਦੇ ਗੁੰਮ ਹੋ ਗਏ ਤੇਰੀ ਜ਼ਿੰਦਗੀ ਹੋ ਗਈ ਉਹ ਧੀਆਂ ਦੇ ਪਰਦੇ ਹੋ ਆ ਤੈਨੂੰ ਵਹਿਣ ਸੁਣਾਵਾਂ ਬਸ ਮੈਂ ਤੇਰੀ ਹਯਾਤੀ ਹੋਵੇ। ਹੱਥ ਮੱਲਿਆ ਹੱਥ ਮਲਦੀ ਜਾ ਨੌਕਰ ਹੱਥ ਮਲਦੀ ਜਾ ਤੇ ਆਖਿਆ ਫਿਜ਼ਾ ਤੇਰੇ ਪੀਰ ਦੇ ਬੱਚੇ ਖੇਡਦੇ ਗੁੰਮ ਹੋ ਗਏ ਤੇਰੀ ਹਯਾਤੀ ਆ ਤੈਨੂੰ ਦੁੱਖਾ ਵੈਣ ਸੁਣਾ ਮੈਂ ਅੱਜ ਦਿਲਾਂ ਦੇ ਅੱਜ ਦਿਲ ਆਦੇ ਅੱਜ ਦਿਲਾਂ ਦੇ ਤੁਹਾਨੂੰ ਮੈਂ ਸੁਣਵਾਵਾਂ ਅੱਠ ਸਫ਼ਰ ਅਲੀ ਦੀ ਦੀ ਦੇ ਓ ਰੁਲ ਬਾਲ ਗਏ ਖੁਲਵਾਲ ਗਏ ਇਨ੍ਹਾਂ ਸਫਰਾਂ ਵਿੱਚ ਬੀਬੀ ਕਰੋ 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 ਮਾਤਮ ਕਰ ਤੁਹਾਡੇ ਮਜ਼ਾ ਵਿੱਚ ਮਾਤਮ ਜੈ ਰੋਮਣ ਦੇ ਅਦੀ ਲਬਾਸ ਇੱਕ ਛੀਏ ਮਸਾਹਿਬ ਦੇ ਆਸ਼ਿਕ ਲੋਕ ਅੱਜ ਮਾਤਮ ਹੀ ਕਰੇ ਦੇ ਰਹੋ ਤੁਹਾਡੀ ਜਵਾਨੀ ਸਲਾਮਤ ਹੋਵੇ ਅੱਜ ਦਿਲ ਦੇ ਅੱਜ ਦਿਲ ਆਦੇ ਤੁਹਾਕੂ ਮੈਂ ਸੁਣਵਾਵਾ ਉਹ ਅੱਠ ਸਫ਼ਰ ਅਲੀ ਦੀ ਦੀ ਦੇ ਰੁਲ ਬਾਲ ਗਏ ਖੁਲਵਾਲ ਗਏ ਇਨ੍ਹਾਂ ਸਫ਼ਰਾਂ ਵਿੱਚ ਦੁੱਖਾ ਵੈਣੇ ਜਿਹੜਾ ਅਗਲਾ ਕਰਨਾ ਮਰਹਬਾ ਮਰਹਬਾ ਸੋਚੇ ਚਾਚਾ ਉਹ ਬਿਨ ਚਾਦਰ ਤਾਨੇ ਸੁਣਦੀ ਨਹੀਂ ਚੌਕਾਂ ਵਿੱਚ ਹਰ ਸ਼ਾਮੀ ਦੇ ਉਹ ਆਬਦ ਦਫਨਾਏ ਜਾ ਜਾ ਤੇ ਕਈ ਗੌਹਰ ਆ ਲੈ ਨਬੀ ਰੋਲੇ ਬਸ ਇੱਕ ਮਿੰਟ ਹੋਰ ਤੇਰੀ ਹਈਆ ਕੀ ਹੋ ਬਾਬਾ ਖਲੀਕ ਸ਼ਾਹ ਜੀ ਤੁਹਾਡੀ ਜਦ ਦਾ ਕਿੱਸਾ ਹੈ ਕੱਚੀ ਦੇ ਗੈਰਤ ਮੰਦ ਸ਼ੀਆ ਅੱਜ ਸਫ਼ਰ ਅਲੀ ਦੀ ਧੀ ਕੀਤੇ ਪਹਿਲਾ ਸਫ਼ਰ ਮਦੀਨੇ ਤੂੰ ਕੂਫੇ ਦੇ ਇਹੋ ਸਫ਼ਰ ਭੀਰਾਵਾਂ ਦੀ ਕਤਾਰ ਲੱਗੀ ਹੋਈ ਆਈ ਬਾਬੇ ਦੀ ਸ਼ਾਈ ਵੇਖਣ ਦੇ ਤੂੰ ਵੀ ਬਿਲਕੁਲ ਮੁਕੈਨਾ ਦੂਜਾ ਸਫ਼ਰ ਕੂਫੇ ਤੂੰ ਮਦੀਨਾ ਤੀਸਰਾ ਸਫ਼ਰ ਮਦੀਨੇ ਤੂੰ ਮੱਕਾ ਤੇਰੀ ਹਯਾਤੀ ਹੋਵੇ ਚੌਥਾ ਸਫ਼ਰ ਮੱਕੇ ਤੂੰ ਕਰਬਲਾ ਹੁਣ ਮੈਂ ਕਿਵੇਂ ਲੁਕਾਵਾਂ ਇਹੋ ਸਫ਼ਰ ਇਸੇ ਸਫ਼ਰ ਚ ਬੀਬੀ ਮੁਹਰਮ ਦਾ ਚੰਨ ਦਿੱਠਾ ਤੂੰ ਰੋ ਨਾ ਰੋ ਤੇਰਾ ਆਪਣਾ ਮੁਕੱਦਰ ਇਸੇ ਸਫ਼ਰ ਚ ਮੁਹਰਮ ਦਾ ਚੰਨ ਦਿੱਠਾ ਅਗਰ ਤੂੰ ਮਾਤਮ ਦੀ ਤਿਆਰੀ ਹੈ ਜੇ ਤਾਂ ਮੈਂ ਜੁਮਲਾ ਦਾ ਇਹੋ ਸਫ਼ਰ ਬੀਬੀ ਹੈ ਅਕਬਰ ਨੂੰ ਬਰਛੀ ਲੱਗਦੀ ਡਿੱਠੀ ਏ ਤੇਰੀ ਹਯਾਤੀ ਅੱਧਾ ਮਿੰਟ
پنجواں سفر کر بلا تو کوفہ کوفے تو شام تیری حیاتی ہوے کربلا تو کوفہ کوفے تو شام اور تیری حیاتی ہوے چھواں سفر شام تو کربلا ہے تو وجو اور تیری حیات بولو دعا ہے مگی دی ہے نا ایک اچھی ہے قرآن دی قسم ہے شام تو کربلا علی دی دھیانی غریب ہو گئی عیب این دعا نے سمگی بلکہ این دعا بگدی رہی ہے این کیوں بگدی رہی ہے جو ہر دیا چھپا بند ہے آدھی رہی ہے میرا اللہ میں دھیانی غریب ہو گئی ستواں سفر چھوڑے نام اٹھواں سفر تیری حیاتی ہوئے ڈٹھا اٹھویں سفر چ آلیا نے او دوجی واری شام در راہے جا جاتے ویر نمازی دی پڑی مجلس آو میں ہر چھے چھوڑ دیتی کر 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 بادم نو کرا او جا جا دیویر نمازی دی پڑی مجلس آخری میں میری حیاتی ہو او ایو آخری سفر آئی وہ زینب دا اسے سفر جو موک گئے سائے اوہ پیروں دیئے بھی ردی غربت نووے چو شام دے جائی زہرہ کیراف کوٹا دو اندواد خطیب آل محمد سفیر ولا عظیم باپ دے عظیم بیٹے فرزند ارجمن حافظ تصدق حسین